ਸਾਰਿਆਂ ਨੇ ਯਾਦ ਜੁੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇਖੋ ਤੜਕੇ ਤੜਕੇ ਹੀ ਆਪਾਂ ਮੈਡਮ ਦਾ ਡਰਾਉਣ ਬਣਾਉਣ ਲੱਗ ਗਏ। ਸ਼ਰਮ ਦਾ ਵੈਸੇ ਨੇ ਲਿਆ ਨਹੀਂ ਸੀ ਇਹਨੂੰ, ਮੈਂ ਦਵਾਇਆ ਮੈਂ ਜਦੋਂ ਆਈ ਕੇ ਆ ਗਿਆ ਮੈਨੂੰ ਸੋਹਣਾ ਲੱਗਿਆ, ਮੈਂ ਸ਼ਰਮ ਨਾ ਲੈ ਲਾ ਤੂੰ। ਪਰ ਜਦੋਂ ਹੁਣ ਬਣਾਉਣ ਲੱਗੇ ਖਾਸਾ ਕੁਛ ਹੈ, ਅਤੇ ਛੇ ਤਾਂ ਇਹੋ ਜਿਹੇ ਡਰਾਉਣ ਨੇ, ਮੈਂ ਦੋ ਬਣਾ ਤੇ ਫਿਰ ਟੇਬਲ ਖਾਸਾ ਬਿਲਡ ਕਰਨਾ। ਕਾਫੀ ਲੰਬਾ ਚੌੜਾ ਪ੍ਰੋਸੈਸ ਆ, ਪਰ ਆਪਾਂ ਇਹ ਤੁਹਾਨੂੰ ਸਾਰਾ ਨਹੀਂ ਦਿਖਾਉਂਦੇ, ਬਸ ਆਪਾਂ ਬਿਲਡ ਕਰਦੇ ਹਾਂ ਅਤੇ ਇਦੋਂ ਬਾਅਦ ਮੈਂ ਚਾਹੁੰਦਾ ਵੀ ਇਹ ਛੇਤੀ ਛੇਤੀ ਹੋ ਜਾਵੇ, ਜੇ ਘੰਟੇ 'ਚ ਹੋ ਜੂਗਾ ਪ੍ਰੋਸੈਸ ਫਿਰ ਅੱਜ ਬਾਹਰ ਘੁੰਮਣ ਚੱਲਦੇ ਹਾਂ, ਮਾੜਾ ਮੋਟਾ ਸਮਾਨ ਖਰੀਦਣਾ ਉਹ ਵਾਲਾ ਖਰੀਦਦੇ ਹਾਂ। ਦੇਖੋ ਰੈਡੀ ਹੋ ਗਿਆ, ਸ਼ਾਨ ਲੱਗ ਗਿਆ ਸਾਰਾ ਕੁਛ, ਸ਼ੀਸ਼ਾ ਵਗੈਰਾ ਵੀ ਆ ਕੇ ਦੇ, ਫਿਊਚਰਿਸਟਿਕ ਨਹੀਂ ਲੱਗਦਾ ਹੈਗਾ ਸ਼ੀਸ਼ਾ, ਮੈਂ ਥੋੜਾ ਹਵਾ ਚ ਚੱਕ ਕੇ ਲਾ। Oh my god, I love this. ਬੜਾ ਜ਼ਿਆਦਾ ਸੋਹਣਾ ਹੈ, ਬੜਾ ਸੋਹਣਾ ਲੱਗਦਾ। ਮੈਂ ਪਹਿਲਾਂ ਸੋਚਦੀ ਸੀ ਕਿ ਇਹਦੇ ਨਾਲ ਵਾਈਟ ਮਿਰਰ ਸ਼ਾਇਦ ਸੋਹਣਾ ਨਹੀਂ ਲੱਗਣਾ, ਹਾਂ, ਪਰ ਸਾਰਾ ਕੁਝ ਇਹ ਬਲੈਕ ਉਹ ਗ੍ਰੇ ਵਾਈਟ ਹੀ ਹੈ ਤਾਂ ਸਾਰਾ ਇਹ ਕਹਿੰਦੇ ਸੀ ਬਲੈਕ ਮਿਰਰ ਲੈ ਕੇ ਆਉਣਾ, ਮੈਂ ਵਾਈਟ ਬਲੈਕ ਨਹੀਂ ਜੀ, ਗ੍ਰੇ ਹੀ ਸੀ ਇਹਦੇ ਨਾਲ। ਉਹ ਕਿੰਨਾ ਜ਼ਿਆਦਾ ਸੋਹਣਾ ਲੱਗਦਾ ਹੁਣ ਉਰੇ ਬੈਠ ਕੇ, ਸ਼ਾਨ ਆਪਣਾ ਮੇਕਅਪ ਮੁਕਅਪ ਕਰ ਸਕਦੀ ਹੈ। ਮੈਂ ਸੌਂਦੇ ਹੁੰਦੇ ਵੀ ਮੇਕਅਪ ਨਹੀਂ ਕਰਦੀਆਂ ਵੀ, ਤਾਂ ਮੈਂ ਕਿਹਾ ਆ ਚੱਕ ਖਾ ਕੇ ਆਪਣਾ ਸ਼ੀਸ਼ਾ ਕਰ ਲੈ ਮੇਕਅਪ ਸਾਰਾ ਨਹੀਂ। ਇੰਨਾ ਸਾਰਾ ਫਿਰ ਗਾਰਬੇਜ ਹੋ ਗਿਆ ਆਈਕੀਆ ਦੇ ਸਮਾਨ ਕਰਕੇ, ਹੁਣ ਆਪਾਂ ਇਹਨੂੰ ਸਾਰਾ ਇੱਕ ਦੋ ਡੱਬਿਆਂ ਦੇ ਵਿੱਚ ਪਾਉਂਦੇ ਹਾਂ ਤੋੜ ਮਰੋੜ ਕੇ। ਜੀ ਮੋਟਾ ਮੋਟਾ ਗਾਰਬੇਜ ਤਾਂ ਹੋ ਗਿਆ, ਆਹ ਸੋਫਿਆਂ ਦੇ ਥੱਲੇ ਵਿਛਾਉਣ ਨੂੰ ਉਹ ਲੈ ਕੇ ਆਈਏ ਅਸੀਂ, ਰੱਗ ਹੀ ਹੋ ਗਿਆ ਜਿਹੜੇ ਭਾਰੀ ਆ ਗਏ, ਐਂ ਲੱਗ ਰਿਹਾ ਵੀ ਹਲਕੀ ਜਾਂ ਦੇ ਉਹਨਾਂ ਨੇ ਕੋਈ ਲੋਜੀਕਲ ਵੇ ਨਾਲ ਵੀ ਦਿੱਤਾ ਹੋਣਾ ਖੋਲ੍ਹਣ ਵਾਸਤੇ ਕਿ ਨਹੀਂ। ਘਰ ਚਲੇ ਸੋਚਿਆ ਵੀ ਇਹਨੂੰ ਲਾਊਂਗਾ ਫਿਰ ਉਹ ਥੱਲੇ ਲਾਊਂਗਾ ਜਾਂ ਇੱਧਰ ਲਾਊਂਗਾ, ਪਰ ਫਰਿੱਜ ਨੇ ਢੱਕ ਲਿਆ ਇਸ ਕਰਕੇ ਮੈਂ ਹੁਣ ਦੂਜਾ ਐ ਲਾਊਂਗਾ, ਤੀਜਾ ਥੱਲੇ ਨੂੰ ਲਾਊਂਗਾ। ਹੁਣ ਆਪਾਂ ਦੂਜਾ ਇੰਸਟਾਲ ਕਰਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿਵੇਂ ਲਾਉਣਾ। ਮੈਂ ਜਿੰਨਾ ਉੱਪਰੋਂ ਗੈਪ ਦਿੱਤਾ ਮੈਂ ਰਾਊਂਡ ਆਉਂਦਾ ਕਿ ਗੈਪ ਪੂਰੇ ਦੇ ਦਿੰਦਾ ਵਾ, ਅਤੇ ਇਹਦਾ ਇੱਕ ਹੋਰ ਵੇ ਹੁੰਦਾ ਇੰਸਟਾਲ ਕਰਨ ਦਾ, ਜਿਹੜਾ ਇਹਦੇ ਵਿੱਚ ਨਾ ਮਿਣ ਕੇ ਗਲੀਆਂ ਕੱਢ ਲਵੇ। ਪਹਿਲਾਂ ਇਹਨੂੰ ਇਹਦੇ ਉੱਤੇ ਰੱਖ ਲਏ ਜਿੱਥੇ ਮੇਖਾਂ ਦੇ ਸਪੋਟ ਨੇ, ਫਿਰ ਇਹਦੇ ਵਿੱਚ ਗਲੀਆਂ ਕੱਢ ਲਵੇ। ਜਿਵੇਂ ਹੁਣ ਪਤਾ ਨਹੀਂ ਮੈਨੂੰ ਇਹਨੇ ਸ਼ਰਮ ਨੇ ਖਰਾ ਲਾ ਹੀ ਦਿੱਤਾ, ਮੈਂ ਤੁਹਾਨੂੰ ਫਿਕਸ ਕਰਕੇ ਦਿੱਤਾ ਜੀ, ਦੂਜੀ ਗਲੀ ਹੈਗੀ ਆ। ਵਾਹਿਗੁਰੂ ਸਵਾ, ਉਰੇ ਦਾ ਦੂਜਾ ਹੋਲ ਆ ਪੂਰੇ, ਆਪਾਂ ਗਲੇ ਕੱਢ ਕੇ ਇਹਨੂੰ ਲਾ ਦਿੰਦੇ ਹਾਂ ਅਤੇ ਹੋਪਫੁਲੀ ਹੁਣ ਮੈਜ਼ਰਮੈਂਟ ਸਹੀ ਹੋ ਰਹੀ ਹੋਊਗੀ। ਉਹਨੂੰ ਉੱਪਰੋਂ ਮੈਜ਼ਰ ਕਰ ਲੈਣਾ, ਇਹ ਤਾਂ ਜਿਹੜਾ ਫਿਕਸ ਕਾਰਡਬੋਰਡ ਹੋਵੇ ਉਹ ਵਧੀਆ, ਪਰ ਅਸੀਂ ਕਾਰਡਬੋਰਡ ਆਲਰੇਡੀ ਗਾਰਬੇਜ ਕਰਤੇ, ਅਤੇ ਇੱਦਾਂ ਹੀ ਆਪਾਂ ਲਾਸਟ ਰੱਖ ਦੇਣਾ ਹੈਗਾ ਉਹ ਹੈਗਾ ਮੈਸੇਜ, ਫੋਲੋ ਯੂਅਰ ਡ੍ਰੀਮਸ, ਸੋ ਫੋਲੋ ਯੂਅਰ ਡ੍ਰੀਮਸ। ਇਸ ਤੋਂ ਇਲਾਵਾ ਆਹ ਵਾਲੇ ਜਿਵੇਂ ਕਿ ਆਹ ਮੈਂ ਫਰਿੱਜ ਦੇ ਉੱਤੇ ਰੱਖਣਾ ਚਾਹੁੰਦਾ, ਆਈ ਇੰਜੋਏ ਲੌਂਗ ਰੋਮਾਂਟਿਕ ਵਾਕਸ ਇਨ ਦਾ ਫਰਿੱਜ, ਸੋ ਭੋਰੇ ਵੀ ਰੱਖ ਸਕਦੇ ਹਾਂ ਅਤੇ ਇਹਨੂੰ ਕੋਈ ਇੰਸਟਾਲ ਕਰਨ ਦੀ ਲੋੜ ਨਹੀਂ, ਇਹਨੂੰ ਸਿੱਧੇ ਇਹਦੇ ਉੱਤੇ ਟਿਕਾ ਦੇਣਾ ਟੇਟਾ ਜਿਹਾ, ਟਿਕਾ ਦਿਓ ਜਿਹੜਾ ਇਹਦੇ ਦਾ ਰੰਗ ਮੈਚ ਕਰਦਾ ਵਾ, ਤੁਹਾਨੂੰ ਇਹ 'ਤੇ ਟਿਕਾ ਦਿਓ। ਪਰ ਇੱਕ ਰਹਿ ਜੂਗਾ ਜੀ, ਕੋਈ ਨਾ ਉਹ ਤਾਂ ਕਰ ਦਿੰਦੇ, ਉਹ ਲਾਉਣੇ ਵਾਲਾ ਵੀ ਨਹੀਂ ਹੈਗਾ। ਆਈ ਪੇਅਰ ਵੈਲ ਵਿਦ ਵਾਈਨ, ਆਪਾਂ ਕਿਹੜਾ ਪੀਂਦੇ ਹਾਂ। ਦੇਖੋ ਫਿਰ ਬਣਾਤੀ ਨਾ ਗੱਲ ਮਾਂਗਤਾ ਨੇ ਮੁੰਡੇ ਨੇ, ਲਾਈਫ ਟੂ ਸ਼ਾਰਟ ਟੂ ਸੇ ਨੋ ਟੂ ਕੇਕ, ਆਈ ਇੰਜੋਏ ਲੌਂਗ ਰੋਮੈਂਟਿਕ ਵਾਕਸ ਟੂ ਦਾ ਫਰਿੱਜ, ਯੂ ਨੋ ਵਾਈ, ਬਿਕਾਜ਼ ਆਫ ਦੀਸ, ਬਿਕਾਜ਼ ਆਫ ਦਿਸ, ਬਿਕਾਜ਼ ਆਫ ਦਿਸ। ਇੱਕ ਛੋਟਾ ਜਿਹਾ ਲੈਂਪ ਮੈਂ ਆਪਣੇ ਟੇਬਲ ਵਾਸਤੇ ਲਿਆਂਦਾ ਸੀਗਾ, ਮੈਨੂੰ ਵਧੀਆ ਲੱਗਿਆ ਉੱਥੇ ਆਈਕੀਆ 'ਚ ਪਿਆ ਸੀ, ਥੋੜ੍ਹਾ ਫਿਊਚਰਿਸਟਿਕ ਜਿਹਾ ਸੀਗਾ, ਕੂਲ ਜਿਹਾ ਦਾ ਡਿਜ਼ਾਇਨ ਸੀਗਾ, ਪਤਾ ਨਹੀਂ ਤੁਹਾਨੂੰ ਕਿਵੇਂ ਲੱਗੂ, ਬਚਾ ਹੋ ਗਿਆ ਜਿਹੜਾ ਗਿਰਿਆ ਸੀ ਚਾਰ ਦਿਨ, ਸੋਹਣਾ ਨਾ ਸਿੰਪਲ ਕਿੰਨਾ ਪਿਆਰਾ। ਰੈਡੀ ਸੋਹਣਾ ਲੱਗ ਰਿਹਾ ਨਾ।
ਸੋ ਇਹ ਸੀਗਾ ਜੀ ਅੱਜ ਦਾ ਵਲੌਗ ਪਿਆਰਾ ਜਿਹਾ ਛੋਟਾ ਜਿਹਾ ਤੇ ਜੇ ਤੁਸੀਂ ਬੇਸਮੈਂਟ ਦਾ ਟੂਰ ਦੇਖਣਾ ਉਹ ਵੀਡੀਓ ਕੱਲੂ ਆਊਗੀ ਪਰ ਆਊਗੀ ਸ਼ਰਨ ਦੇ ਚੈਨਲ ਦੇ ਉੱਤੇ ਸ਼ਰਨ ਦੇ ਚੈਨਲ ਦਾ ਲਿੰਕ ਵਗੈਰਾ ਸਾਰਾ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਸ਼ਰਨ ਦੇ ਚੈਨਲ ਦਾ ਨਾਮ ਹੈਗਾ ਦ ਮਾਂਗਟ ਫੈਮਿਲੀ ਤੁਸੀਂ ਜਾ ਕੇ ਸਬਸਕ੍ਰਾਈਬ ਕਰੋ ਬੈਲ ਨੋਟੀਫਿਕੇਸ਼ਨ ਆਨ ਕਰ ਲਓ ਵੀ ਜਦੋਂ ਵੀਡੀਓ ਆਊਗੀ ਕੱਲੂ ਬੇਸਮੈਂਟ ਦੇ ਟੂਰ ਵਾਲੀ ਆਹੀ ਟਾਈਮ ਆਊਗੀ ਜਦੋਂ ਆਪਾਂ ਵੀਡੀਓ ਪਾਉਣੇ ਹੁੰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕੱਲੂ ਮੈਨੂੰ ਪਤਾ ਨਹੀਂ ਆਪਣੇ ਚੈਨਲ ਤੇ ਵੀਡੀਓ ਆਵੇ ਕਿ ਨਾ ਆਵੇ ਪਰ ਸ਼ਰਨ ਦੇ ਚੈਨਲ ਉੱਤੇ ਪੱਕਾ ਆਊਗੀ ਬੇਸਮੈਂਟ ਵਾਲੀ ਵੀਡੀਓ ਸਾਰੇ ਟੂਰ ਦੀ ਸੋ ਜਾ ਕੇ ਸ਼ਰਨ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਪੋਰਟ ਕਰੋ ਥੈਂਕ ਯੂ ਸੋ ਮੱਚ ਬਸ ਅੱਜ ਦਾ ਇੱਕ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਸੀਗਾ ਹੁਣ ਉਹੀ ਆਪਾਂ ਡਰੈਸਰ 'ਚ ਜਿਹੜਾ ਆਪਾਂ ਅੱਜ ਬਣਾਇਆ ਸੀਗਾ ਉਹਦੇ ਵਿੱਚ ਆਏ ਜੇ ਰੱਖ ਕੇ ਵੀਡੀਓ ਬਣਾ ਰਹੇ ਹਾਂ ਸੋ ਮਿਲਦੇ ਹਾਂ ਜੀ ਅਗਲੇ ਵਲੌਗਾਂ ਦੇ ਵਿੱਚ ਥੈਂਕ ਯੂ ਸੋ ਮੱਚ ਫਾਰ ਆਲ ਯੂਅਰ ਲਵ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਹੋ ਯਾਰ ਧੰਨਵਾਦ ਸੋ ਮੱਚ ਕਿਉਂਕਿ ਮੈਂ ਹਮੇਸ਼ਾ ਲਾਈਕ ਸਾਰੇ ਕਮੈਂਟਸ ਦਾ ਲਾਈਕ ਵਗੈਰਾ ਕਰਦਾ ਹੁੰਦਾ ਜਿਹੜੇ ਮੈਨੂੰ ਵਧੀਆ ਲੱਗਣ ਦਿਲ ਬਹੁਣ ਦੀ ਕੋਸ਼ਿਸ਼ ਕਰਦਾ ਹੁੰਦਾ ਹਨਾ ਬਾਲਾ ਚੰਗਾ ਲੱਗਦਾ ਜਿਹੜੇ ਬਹੁਤ ਵਧੀਆ ਵਧੀਆ ਲੋਕ ਕਮੈਂਟ ਕਰਦੇ ਹਨ ਥੈਂਕ ਯੂ ਸੋ ਮੱਚ ਯਾਰ।